ਕਰਤਾਰ ਸਿੰਘ ਜੀ ਬਰਾੜ ਸਾਹਿਬ ਵੇਖ ਲਿਆ ਵੀ ਗੁਰਭੇਜ ਸਿੰਘ ਹੈ ਹਾਂਗਕਾਂਗ ਵਿੱਚ ਮੁੰਡਾ ਬੈਠਾ ਹੈ, ਫੋਨ ਆਇਆ ਕਹਿੰਦਾ ਵੀ ਪ੍ਰਬੰਧ ਅੱਜ ਦੇਖੇ ਜਗ ਸਿੰਘ ਵਾਲੀ ਦੀ ਧਰਤੀ ਤੇ, ਇਹ ਪ੍ਰਬੰਧ ਕਮੇਟੀ ਦੇ ਪ੍ਰਬੰਧ ਜਿਹੜੇ ਬੜੇ ਕਾਇਮ ਹੈ। ਲਓ ਦੇਖੋ ਖੇਡ ਮੈਦਾਨ ਦੇ ਵਿੱਚ ਦੁਨੀਆਂ ਦੇ ਵਿੱਚ ਸ਼ਾਗੀ ਕੌਡੀ ਇਹਨੂੰ ਖੇਡਣ ਗੋਰੇ ਕਾਲੇ ਜਾਂਦੇ ਰਹਿਣੋ ਵੀਰ ਜੋ ਕੱਪ ਕਰਾਉਂਦੇ ਕਲੱਬਾਂ ਵਾਲੇ, ਦੁਨੀਆਂ ਦੇ ਵਿੱਚ ਸ਼ਾਗੀ ਕੌਡੀ ਇਹਨੂੰ ਖੇਡਣ ਗੋਰੇ ਕਾਲੇ। ਉਧਰਲੇ ਬੰਨੇ ਅਗਲੇ ਮੈਚ ਦੀਆਂ ਜਿਹੜੀਆਂ ਟੀਮਾਂ ਤਿਆਰੀ ਕਰ ਲੈਣ, ਕਿਰਪਾ ਕਰਕੇ ਸ਼ਕੂਰ ਤੇ ਜੀਤੇ ਦੀ ਟੀਮ ਖੇਡ ਮੈਦਾਨ ਦੇ ਵੱਲ ਪੁੱਜ ਜਾਵੇ। ਗੁਰਦਾਰੇ ਦੀ ਧਰਤੀ ਤੇ ਗੁਰਦੀਪ ਸਿੰਘ ਦੀ ਪਾਈ ਹੋਈ ਕਬੱਡੀ ਹੈ, ਇਹ ਹੈ ਗੁਰਦਾਰੇ ਵਾਲਾ ਦੀਪਾ ਖੇਡ ਮੈਦਾਨ ਵਿੱਚ। ਉੱਥੇ ਸਰਦਾਰ ਬਲਦੇਵ ਸਿੰਘ ਜੀ ਧੰਨਾ ਸ਼ਹੀਦ ਵਾਲੇ ਮਨਮੋਹਨ ਸਿੰਘ ਦੇ ਵੀਰ, ਜਿੱਥੋਂ ਦੇ ਜਗਦੇਵ ਸਿੰਘ ਜੀ ਖੋਸੇ ਹੋਰਾਂ ਨੇ ਪਿਛਲੇ ਸਾਲ ਕਬੱਡੀ ਦੇ ਟੂਰਨਾਮੈਂਟ ਤੇ ਮੋਟਰਸਾਈਕਲ ਦੇ ਕੇ ਦਸ ਦਾ ਮਾਣ ਸਨਮਾਨ ਕੀਤਾ ਹੈ, ਉਹਨਾਂ ਵੱਲੋਂ ਮਾਇਆ ਦੇ ਜਿਹੜੇ ਗੱਫੇ ਪੁੱਜੇ ਹੈ। ਲਓ ਖੇਡ ਮੈਦਾਨ ਵਿੱਚ ਦੇਖੋ ਬਾਂਹ ਘੁੱਟ ਕੇ ਫੜ ਲੈ ਵੇ ਸੱਜਣਾ ਸਾਡੀ ਉਮਰ ਨੇ ਆਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਕੇ ਕਈ ਰੂਹਾਂ ਦੇ ਹਾਣੀ, ਇਹ ਦਰਦ ਇਸ ਵਿਛੋੜੇ ਦੇ ਸੱਜਣਾ ਨਹੀਂ ਜਾਣੇ ਮੇਥੋ ਚੇਲੇ। ਉਧਰਲੇ ਬੰਨੇ ਕਿਤੇ ਹੋਣ ਸਬੱਬੀ ਵੇ ਸੁਣਿਆ ਜੱਗ ਜਾਂਦਿਆਂ ਦੇ ਮੇਲੇ, ਕਿਤੇ ਹੋਣ ਸਬੱਬੀ ਵੇ। ਲੈ ਵੀ ਬਰਾੜ ਸਾਹਿਬ ਇਸ ਸੀਜ਼ਨ ਤੇਰੇ ਵੀ ਪਹਿਲੀ ਵਾਰ ਮੇਲ ਹੋਏ ਹੈ, ਭਾਵੇਂ ਪਿਛਲੇ ਸਾਲ ਪਿਆਰ ਦੀਆਂ ਪੀਂਘਾਂ ਇਹਨਾਂ ਖੇਡ ਮੈਦਾਨ ਦੇ ਵਿੱਚ ਪਈਆਂ। ਉੱਥੇ ਜਸਵਿੰਦਰ ਕੰਨੂ ਦਾ ਵੀਰ, ਇਸ ਨਗਰ ਦਾ ਕਬੱਡੀ ਦਾ ਸਾਡੇ ਤੋਂ ਵਿਛੜਿਆ ਹੋਇਆ ਹੀਰਾ, ਅੱਜ ਮੈਂ ਗੱਲ ਕਰ ਰਿਹਾ ਕਬੱਡੀ ਦੇ ਖੇਡ ਮੈਦਾਨ ਵਿੱਚ ਕਿ ਮਰ ਜਾਣੇ ਮਾਨਾ ਸਵਰਗੀ ਗੁਰਵਿੰਦਰ ਸਿੰਘ ਜੀ ਕਬੱਡੀ ਦਾ ਖਿਡਾਰੀ ਜੀ ਦੇ ਕਬੱਡੀ ਖੇਡਦਿਆਂ ਜਿਸ ਨੌਜਵਾਨ ਦੀ ਦਿੱਤ ਹੋਈ ਹੈ, ਕਬੱਡੀ ਦਾ ਬੜਾ ਵੱਡਾ ਕਾਟਾ ਮਾਂ ਖੇਡ ਕਬੱਡੀ ਨੂੰ ਕਿ ਘਰ ਬਾਰ ਛੱਡ ਕੇ ਫਕੀਰ ਜਿਹੜੇ ਹੋਏ ਨੇ ਮਰ ਜਾਣੇ ਮਾਨਾ, ਉਹ ਵੀ ਸੱਜਣਾ ਨੂੰ ਰੋਏ ਨੇ। ਲਓ ਦੋ ਖਿਡਾਰੀਆਂ ਦੀਆਂ ਝਾਟਾਂ ਕਰਾ ਰਹੀਆਂ, ਇਹ ਕਹਿੰਦੇ ਬਾਉਂਡਰੀ ਲਾਈਨ, ਇਹ ਕਹਿੰਦੇ ਗਰਾਊਂਡ ਦੀ ਬਾਉਂਡਰੀ ਲਾਈਨ ਹੈ, ਇੱਕ ਚੜ੍ਹਦੇ ਪੰਜਾਬ ਦੀ ਜਿਹੜੀ ਵੰਡ ਪਾਉਣ ਵਾਲੀ ਲੈ ਵੀ ਹਰੀ ਕੇ ਕਲਮ ਵਾਲਿਆ, ਉਹ ਭਾਰਤ ਦੇ ਪਾਕ ਦੀ ਕੰਟਰੋਲ ਰੇਖਾ ਹੈ। ਕਿਤੇ ਮੈਂ ਵੀ ਪਾਕਿਸਤਾਨੀਆਂ ਵਾਂ ਦਰਸ਼ਨ ਕਰਿਆ ਵਾਂ ਨਨਕਾਣੇ ਦਰਬਾਰ ਦੇ ਜੀ, ਰੱਜ ਰੱਜ ਕੇ ਸ਼ਹਿਰ ਲਾਹੌਰ ਦੇਖਾਂ, ਘੁੰਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ, ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸਜਦਾ, ਬੁੱਲਾਂ ਨੱਚਿਆ ਮੂਹਰੇ ਯਾਰ ਦੇ ਜੀ, ਜਾ ਕੇ ਹੀਰ ਦਾ ਝੰਜ ਸਿਆਲ ਵੇਖਾਂ ਕਿ ਜਿੱਥੇ ਰਾਂਝੇ ਮੱਝਾਂ ਚਾਰ ਦੇ ਜੀ, ਰੱਬ ਕਰਕੇ ਖੁੱਲ ਜਾਵੇ ਵਾਗੇ ਦੀ ਸਰਦ ਰੱਬਾ, ਹੈਪੀ ਕਨਿਆਣੀ ਜੀ ਇਹੋ ਪੁਕਾਰ ਦੇ ਜੀ। 75 ਕਿਲੋ ਦਾ ਇਹ ਚੱਲਦਾ ਹੋਇਆ ਮੈਚ ਹੈ, ਜਦੋਂ ਕਬੱਡੀ ਓਪਨ ਦੇ ਜਿਹੜੇ ਸਟਾਰ ਪੁੱਜਣਗੇ ਫਿਰ ਦੱਸਾਂਗੇ ਦਰਸ਼ ਵੀਰੋ ਕਿਹੜਾ ਖਿਡਾਰੀ ਕਿਹੜੇ ਕੈਨੇਡਾ ਦੇ ਸ਼ਹਿਰ ਖੇਡਿਆ ਹੈ, ਕਿਹੜਾ ਖਿਡਾਰੀ ਇੰਗਲੈਂਡ ਤੋਂ ਮਾਂ ਪਾ ਕੇ ਆਇਆ ਹੈ, ਕਿਹੜਾ ਖਿਡਾਰੀ ਵਿਸ਼ਵ ਕਬੱਡੀ ਕੱਪ ਖੇਡਿਆ, ਕਿਉਂਕਿ ਕੁਝ ਖਿਡਾਰੀ 75 ਕਿਲੋ ਦੇ ਜੂਨੀਅਰ, ਇਸ ਤੋਂ ਬਾਅਦ ਸੀਨੀਅਰ, ਗੁਰਦਾਰਾ ਪਿੰਡ ਹੈ ਨੌਜਵਾਨ ਦਾ ਤੇ ਦੀਪੇ ਦੀ ਪਾਈ ਹੋਈ ਕਬੱਡੀ ਹੈ। ਬਾਜਾ ਖਾਨਾ ਤੇ ਕਰਮਪੁਰੇ ਦੀ ਟੀਮ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਹੈ। ਜਦ ਮੋਗੇ ਤੋਂ ਤੁਰੇ ਤੇ ਰਸਤੇ ਵਿੱਚ ਜਿਹੜੀ ਬਾਰਿਸ਼ ਮੇਰੇ ਵੀਰੋ ਫੋਨ ਆਇਆ ਵੀ ਇੰਨੀ ਕੁ ਬਾਰਿਸ਼ ਜ਼ਿਲ੍ਹੇ ਮੋਗੇ ਤੇ ਫਿਰੋਜ਼ਪੁਰ 'ਚ ਹੋ ਰਹੀ ਹੈ, ਪਰ ਇੱਥੇ ਪਰਮਾਤਮਾ ਦੀ ਮਿਹਰ ਹੈ, ਸੂਰਜ ਦੇਵਤਾ ਦੀ ਲੋਅ ਹੈ, ਧਰਤੀ ਦਾ ਤਾਪਮਾਨ ਵੱਧ ਰਿਹਾ ਹੈ, ਹੌਲੀ ਹੌਲੀ ਘਟੂਗਾ, ਫਿਰ ਜਿਵੇਂ ਜਿਵੇਂ ਕਬੱਡੀ ਦੇ ਨਜ਼ਾਰੇ ਦੇਖਾਂਗੇ। ਲਓ ਸਾਂਵਲਾ ਜਿਹਾ ਰੰਗ ਇਸ ਨੌਜਵਾਨ ਖਿਡਾਰੀ ਦਾ, ਲਓ ਬੱਬੀ ਦੀ ਪਾਈ ਹੋਈ ਕਬੱਡੀ ਨਾਲ ਜੁੜੀਏ ਮੇਰੇ ਵੀਰੋ, ਇਹ ਹੈ ਸਾਂਵਲਾ ਜਿਹਾ ਰੰਗ। ਕਬੱਡੀ ਵਿੱਚ ਕਹਿੰਦੇ ਕਾਲਾ ਰੰਗ ਸ਼ਕਤੀ ਦੀ ਨਿਸ਼ਾਨੀ ਹੈ, ਤੇ ਸਿਆਣਿਆਂ ਨੂੰ ਬਜ਼ੁਰਗਾਂ ਨੂੰ ਪਤਾ ਹੈ ਜੇ ਚਿੱਟੀ ਰੀਲ ਲੈਣ ਦੁਕਾਨ ਤੋਂ ਜਾਈਏ ਦੁਕਾਨਦਾਰ ਝੱਟ ਦੇ ਦਿੰਦਾ, ਤੇ ਜੇ ਕਾਲੀ ਰੀਲ ਲੈਣ ਜਾਈਏ ਕਹਿੰਦਾ ਖੜ ਜਾ ਬਾਈ ਲੱਭ ਕੇ ਦਿੰਦਾ। ਇਹੋ ਜਿਹਾ ਮਾਨ ਹੈ ਰੰਗ ਕਾਲੇ ਦਾ, ਕਬੱਡੀ ਦੇ ਗਰਾਊਂਡ ਦੇ ਦੇਖੋ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਕਾਲਾ, ਮੁੱਲ ਪੈਂਦੇ ਅਕਲਾਂ ਦੇ ਨਾਂ ਜੱਗ ਤੇ ਬਣਾਉਣਾ ਹੀ ਸਖਾਲਾ। ਇਹ ਹੈ ਮਾਨ, ਇਹ ਹੈ ਸਤਿਕਾਰ ਕਬੱਡੀ ਦਾ। ਆ ਵੀ ਨੌਜਵਾਨ ਖੇਡ ਮੈਦਾਨ ਵਿੱਚ, ਇੱਕ ਕਹਿੰਦੇ ਰਾਜਵਿੰਦਰ ਨੰਡਿਆਲੇ ਨੇ ਲਿਖਿਆ ਸੀ ਕਬੱਡੀ ਦੇ ਗਰਾਊਂਡ ਵਿੱਚ, ਅੱਤ ਕਰਾ ਗਿਆ ਪੋਰਚ ਭਾਵੇਂ ਲੈਣਾ ਖਿੱਚ ਗਿਆ ਸਿਕੰਦਰ, ਤੇ ਰਾਜ ਹੋਇਆ ਨੀ ਮਹਾਰਾਜੇ ਰਣਜੀਤ ਵਰਗਾ, ਲੀੜੇ ਲਾ ਕੇ ਥਾਪੀਆਂ ਮਾਰਦੇ ਮੈਂ ਬੜੇ ਵੇਖੇ, ਰੇਡਰ ਉੱਠਿਆ ਨੀ ਬਾਜੇ ਦੇ ਹਰਜੀਤ ਵਰਗਾ, ਰੇਡਰ ਉੱਠਿਆ ਨੀ ਬਾਜੇ ਦੇ ਹਰਜੀਤ ਵਰਗਾ। ਆ ਵੀ ਨੌਜਵਾਨ ਕਿ ਬਰਗਰ ਬੀਜੇ ਫਿੱਕੇ ਪੈ ਜਾਂਦੇ, ਰੋਟੀ ਮੱਕੀ ਦੀ ਹੋਵੇ ਨਾਲ ਸਾਗ ਦੇ, ਡੱਡੂ ਖਾਣੇ ਤਾਂ ਬੜੇ ਫੜੀ ਫਿਰਦੇ ਐ, ਪੇਚਾ ਪੈਂਦਾ ਜਦੋਂ ਨਾਲ ਕਾਲੇ ਨਾਗ ਦੇ, ਹੱਥ ਤੁੰਬੀ ਫੜ ਕੇ ਸਟੇਜਾਂ ਉੱਤੇ ਚੜ ਕੇ ਦਗਾਣਿਆਂ ਦਾ ਕਿੰਗ ਬਣਦਾ, ਬੜੇ ਸਿੰਗਰਾਂ ਨੇ ਕੀਤਾ ਹਿੱਲਾ, ਸੜਕ ਵਿੱਚ ਕੱਚ ਵਾਂਗੂ ਪੈ ਚਮਕਦੇ ਐ, ਦੇਦਾਰ ਸੰਧੂ ਤੇ ਚਮਕੀਲਾ, ਦੇਦਾਰ ਸੰਧੂ ਤੇ ਚਮਕੀਲਾ। ਆਹ ਦੇਖੋ ਖੇਡ ਮੈਦਾਨ ਵਿੱਚ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ। ਕਹਿੰਦੇ ਮੋਟਰਸਾਈਕਲ ਵੀ ਦੁਨੀਆ 'ਚ ਬੜੇ ਆ ਗਏ, ਨਜ਼ਾਰਾ ਹੈ ਨੀ ਬੁੱਢ ਦੇ ਗੇਰ ਵਰਗਾ, ਇਹ ਅਸਲਾ ਬਾਬਿਆਂ ਨੇ ਬੜਾ ਰੱਖਿਆ ਹੈ, ਦਾਵਕਾ ਹੈ ਨੀ ਭਿੰਡਰਾਂ ਵਾਲੇ ਸ਼ੇਰ ਵਰਗਾ, ਦਾਵਕਾ ਹੈ ਨੀ ਭਿੰਡਰਾਂ ਵਾਲੇ ਸ਼ੇਰ ਵਰਗਾ। ਲਓ ਮੈਚ ਸਮਾਪਤ ਹੈ, ਇਸ ਮੈਚ ਦੇ ਵਿੱਚੋਂ ਬਾਜਾ ਖਾਨਾ ਬਾਬਾ ਕਿਸ਼ਨ ਦਾਸ ਕਬੱਡੀ ਕਲੱਬ ਦੀ ਟੀਮ ਜਿੱਤ ਰਹੀ ਹੈ। ਆਓ ਸ਼ਕੂਰ ਤੇ ਜੀਤਾ ਦੋਵੇਂ ਟੀਮਾਂ ਖੇਡ ਮੈਦਾਨ ਦੇ ਵੱਲ।
ਸਾਡੇ ਪ੍ਰਬੰਧਕ ਨੋਟ ਕਰ ਲੈਣ ਲੈ ਵੀ ਜਸਵਿੰਦਰ ਸਿੰਘ ਹੈ ਇਸ ਮੈਚ ਦੇ ਵਿੱਚੋਂ ਬਾਬਾ ਕਿਸ਼ਨ ਦਾਸ ਕਬੱਡੀ ਕਲੱਬ ਬਾਜਾ ਖਾਨਾ ਜੇਤੂ ਰਹੀ ਹੈ 75 ਵਾਲੇ ਉਹ ਗਰਾਊਂਡ ਵਿੱਚ ਦੌੜ ਕੇ ਆ ਜਾਓ ਆ ਵੇਟ ਕਮੇਟੀ ਵਾਲੇ ਤਾਂ ਆ ਜਾਓ ਵੀਰੇ ਸਕੂਰ ਤੇ ਜੀਦਾ ਜੀ ਸਕੂਰ ਤੇ ਚੀਦੇ ਦੀ ਟੀਮ ਗਰਾਊਂਡ ਦੇ ਵਿੱਚ ਜਲਦੀ ਪੁੱਜ ਜਾਵੇ ਕਿਰਪਾ ਕਰਕੇ 75 ਕਿਲੋ ਦਾ ਦੂਜਾ ਰਾਊਂਡ ਹੈ 75 ਵਾਲੇ ਉਹ ਕੰਨ ਖੋਲ ਕੇ ਸੁਣ ਲਓ ਪਹਿਲੇ ਰਾਊਂਡ ਤੁਹਾਡਾ ਇੰਤਜ਼ਾਰ ਕੀਤਾ ਹੋਊਗਾ ਤੇ ਹੁਣ ਨਹੀਂ ਅਸੀਂ ਕਰਨਾ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਸ਼ਕੂਰ ਤੇ ਚੀਦੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਓ ਸਰਾਵਾਂ ਏ ਤੇ ਸਰਾਵਾਂ ਬੀ ਖੇਮੂ ਵਾਲਾ ਤੇ ਜਗ ਸਿੰਘ ਵਾਲਾ ਰੱਤੀ ਰੋੜੀ ਤੇ ਨਾਲ ਜਿਹੜੀ ਟੀਮ ਖੇਡੂਗੀ ਬਾਜੇ ਖਾਨੇ ਦੀ ਇਹ ਨੋਟ ਕਰ ਲਓ ਮੇਰੇ ਵੀਰ ਸ਼ਕੂਰ ਤੇ ਚੀਦੇ ਦੀ ਟੀਮ ਨੂੰ ਮੇਰਾ ਸੱਦਾ ਹੈ ਹੱਥ ਬੰਨ ਕੇ ਮੇਰੀ ਬੇਨਤੀ 75 ਵਾਲਿਓ ਸੁਧਰ ਜਾਓ ਜੇ ਵਧੀਆ ਪਲੇਅਰ ਬਣਨਾ ਤਾਂ ਜੇ ਵਧੀਆ ਪਲੇਅਰ ਬਣਨਾ ਕੁਝ ਕਬੱਡੀ ਦੇ ਵਿੱਚ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਉਹ 75 ਵਾਲੇ ਮੇਰੀ ਬੇਨਤੀ ਨੂੰ ਸੁਣ ਸਮਝ ਗਏ ਹੋਣਗੇ ਵੀ ਕਾਹਦੇ ਕਰਕੇ ਕਬੱਡੀ ਜਿਹੜੀ ਬਦਨਾਮ ਹੋਈ ਹੈ ਹੈਲੋ ਹੈਲੋ ਆ ਬਈ ਜੀਦੇ ਦਾ ਮੈਂ ਵੇਟ ਹੋ ਹੀ ਜਾਂਦਾ ਤੇ ਥੋੜੇ ਕੁ ਸਮੇਂ ਤੀਕਰ ਇੱਥੇ ਗਰਾਊਂਡ 'ਚ ਪਹੁੰਚ ਜਾਣਗੇ ਇਹ ਦੂਜਾ ਰਾਊਂਡ ਆ ਜੀ ਪਹਿਲਾਂ ਉਹ 22 ਸੀ ਉਹਨੂੰ ਟੀਮ ਨੂੰ ਪਤਾ ਹੋਣਾ ਚਾਹੀਦਾ ਵੀ ਕਬੱਡੀ ਦੇ ਰੂਲ ਕੀ ਹੈ ਜਿਹੜੀ ਟੀਮ ਨੂੰ 22 ਲੱਗ ਜਾਂਦੀ ਉਹਦਾ ਪਹਿਲਾ ਮੈਚ ਹੁੰਦਾ ਦੂਜੇ ਰਾਊਂਡ ਦਾ ਭਾਵੇਂ ਪਹਿਲੇ ਦਾ ਹੋਵੇ ਜਾਂ ਤੀਜੇ ਦਾ ਹੋਵੇ ਜਾਂ ਦੂਜੇ ਦਾ ਇਧਰਲੇ ਬੰਨੇ ਲੰਡਿਆਂ ਵਾਲਾ ਮੇਰਾ ਵੀਰ ਇੱਕ ਦੇ ਉੱਪਰ ਇੱਟਾ ਭੰਨ ਰਿਹਾ ਇਹਦਾ ਵੀ ਮਾਣ ਸਨਮਾਨ ਕਰਨਾ ਹੈ 75 ਵਾਲਿਓ ਮੇਰੀ ਹੱਥ ਬੰਨ ਕੇ ਬੇਨਤੀ ਹੈ ਗੱਲਾਂ ਚੰਗੀਆਂ ਨਹੀਂ ਇੱਕ ਮੈਂ ਹੋਰ ਦੱਸ ਰਿਹਾ ਸੀ ਕਬੱਡੀ ਬਦਨਾਮ ਕਿਉਂ ਹੋਈ ਹੈ ਇਹ 65-75 ਵਾਲਿਆਂ ਨੇ ਬੜਾ ਐਲੀਗੇਸ਼ਨ ਜਿਹੜਾ ਇਹਨਾਂ ਕਰਕੇ ਕਬੱਡੀ ਦੇ ਉੱਪਰ ਲੱਗਾ ਹੈ ਕਈ ਸੀਨੀਅਰ ਖਿਡਾਰੀ ਇਹਨਾਂ ਕਰਕੇ ਕਬੱਡੀ ਵਿੱਚ ਬਦਨਾਮ ਹੋਏ ਆ ਮੇਰੀ ਪਲੇਅਰਾਂ ਨੂੰ ਬੇਨਤੀ ਹੈ 11, 12, 13 ਤੇ 14 ਜਸਵਿੰਦਰ ਸਿੰਘ ਕਬੱਡੀ ਨੇ ਇਹੋ ਜਿਹੀਆਂ ਗੱਲਾਂ ਦਾ ਸਾਹਮਣਾ ਕੀਤਾ ਹੈ ਪੂਰੀ ਦੁਨੀਆ 'ਚ ਜਿਸ ਕਬੱਡੀ ਨੂੰ ਮਾਣ ਮਿਲਿਆ ਹੈ ਉਹਦਾ ਲੈਵਲ ਘੱਟ ਗਿਆ ਹੈ ਪਰ 2015 ਨੇ ਜਦੋਂ ਕਬੱਡੀ ਵਿੱਚ ਇਹ ਨਵਾਂ ਸਾਲ ਚੜ੍ਹਿਆ ਹੈ 75-70% ਜਿਹੜੀ ਕਬੱਡੀ ਹੈ ਨਸ਼ਾ ਮੁਕਤ ਹੋ ਗਈ ਹੈ 30% ਜਿਹੜੀ ਕਬੱਡੀ ਵਿੱਚ ਹਜੇ ਵੀ ਨਸ਼ਾ ਹੈ ਉਹ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਸਾਲਾਂ 'ਚ ਆਉਣ ਵਾਲੇ ਮਹੀਨਿਆਂ 'ਚ ਜਿਹੜੀ ਕਬੱਡੀ ਹੈ ਉਹ ਨਸ਼ਾ ਮੁਕਤ ਹੋਣ ਜਾ ਰਹੀ ਹੈ ਪਲੇਅਰਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਜੀਦਾ ਤੇ ਸ਼ਕੂਰ ਦੀ ਜਿਹੜੀ ਟੀਮ ਹੈ ਉਹ ਗਰਾਊਂਡ ਦੇ ਵਿੱਚ ਪੁੱਜ ਜਾਵੇ 75 ਕਿਲੋ ਭਾਰ ਸ਼ਕੂਰ ਦਾ ਵੇਟ ਹੋਇਆ ਸ਼ਕੂਰ ਦੀ ਟੀਮ ਆ ਜਾਵੇ ਕਿਰਪਾ ਕਰਕੇ ਨਾਲ ਹੀ ਇਸ ਤੋਂ ਬਾਅਦ ਸਰਾਵਾਂ ਏ ਤੇ ਸਰਾਵਾਂ ਬੀ ਹੈਲੋ ਸਕੂਰ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਜੀਦੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਓ 75 ਵਾਲਿਓ ਕਿਰਪਾ ਕਰਕੇ ਬਾਬਾ ਪਕੌੜਿਆਂ ਵਾਲਾ ਇਹਦੇ ਵੀ ਸਾਲ ਕੁ ਬਾਅਦ ਦਰਸ਼ਨ ਹੋਏ ਹੈ ਮੈਂ ਚਾਕੀ ਮੱਲ ਸਿੰਘ ਵਾਲੇ ਦੀ ਧਰਤੀ ਦੇ ਨੌਜਵਾਨ ਨੂੰ ਤੱਕੀਦਾ ਹੈ ਮੇਰੀ ਬੇਨਤੀ ਹੈ ਜੀਦੇ ਦੀ ਟੀਮ ਤੇ ਸ਼ਕੂਰ ਨਾਲ ਹੀ ਸਰਾਵਾਂ ਏ ਤੇ ਸਰਾਵਾਂ ਬੀ ਖੇਮੂਆਣਾ ਤੇ ਜਗ ਸਿੰਘ ਵਾਲਾ ਉਸ ਤੋਂ ਬਾਅਦ ਰੱਤੀ ਰੋੜੀ ਤੇ ਬਾਬਾ ਕਿਸ਼ਨ ਦਾਸ ਕਬੱਡੀ ਕਲੱਬ ਬਾਜਾ ਖਾਨਾ ਦੇਸੂ ਯੋਧੇ ਦੀ ਟੀਮ ਨੂੰ ਜਿਹੜੀ 22 ਲੱਗੀ ਹੈ 75 ਵਾਲਿਓ ਕਿਰਪਾ ਕਰਕੇ ਮੇਰੀ ਬੇਨਤੀ ਹੈ ਤੁਸੀਂ ਜੂਨੀਅਰ ਕਬੱਡੀ ਦੇ ਖਿਡਾਰੀ ਹੋ ਇਸ ਤੋਂ ਬਾਅਦ ਤੁਸੀਂ ਕਲੱਬਾਂ ਦੇ ਵਿੱਚ ਖੇਡਣਾ ਹੈ ਓਪਨ ਮੈਚ ਖੇਡਣੇ ਉਸ ਤੋਂ ਬਾਅਦ ਕਿਸੇ ਕਲੱਬ ਦੇ ਵਿੱਚ ਖੇਡੋਗੇ ਫਿਰ ਜਾ ਕੇ ਤੁਹਾਡੀ ਜਿਹੜੀ ਚੋਣ ਹੈ ਜਾਂ ਇੰਗਲੈਂਡ ਦੀ ਜਾਂ ਕੈਨੇਡਾ ਦੀ ਜਾਂ ਯੂਰਪ ਕੰਟਰੀ ਦੀ ਹੁੰਦੀ ਹੈ ਤੁਹਾਡੀ ਅਜੇ ਮੈਂ ਹਿਸਾਬ ਲਾਇਆ ਵੀ ਦੂਜਾ ਡੰਡਾ ਹੈ ਪੌੜੀ ਦਾ ਤੇ ਮੰਜ਼ਿਲ ਵੇਖੋ ਕਿੱਥੇ ਹੈ ਕਿਰਪਾ ਕਰਕੇ ਕਿਸੇ ਚੰਗੇ ਕੋਚ ਦੇ ਥੱਲੇ ਰਹਿ ਕੇ ਕਬੱਡੀ ਦੇ ਗੁਣ ਸਿੱਖੋ ਕਿਸੇ ਚੰਗੇ ਕੋਚ ਤੋਂ ਪੁੱਛੋ ਵੀ ਗਰਾਊਂਡ ਦੇ ਰੂਲ ਕੀ ਹੈ ਤੇ ਕਬੱਡੀ ਦਾ ਸਮਾਂ ਕੀ ਹੈ ਇਹ ਮੇਰੀ ਪਲੇਅਰਾਂ ਨੂੰ ਬੇਨਤੀ ਹੈ ਕਬੱਡੀ ਦੇ ਗਰਾਊਂਡ ਦੇ ਵਿੱਚ ਪਰ ਜਸਵਿੰਦਰ ਸਿੰਘ ਜਿਹੜੀ ਪਹਿਲਾਂ ਕਬੱਡੀ ਖੇਡੀ ਜਾਂਦੀ ਸੀ ਪਹਿਲਾਂ ਕੋਈ ਉਸਤਾਦ ਧਾਰਦਾ ਸੀ
फिर ग्राउंड डेली मेहनत लाइनी है। हुण तां खिडारी पुछदे आ वी प्रोजेक्ट किहड़ा चकना है ते किहदे नाल डौले मोटे होने आ, किहदे नाल पट मोटे होने आ, किहदे नाल मेरी स्पीड बननी है। मेहनतां तों खिडारी भजदे आ। वैसे ही पंजाब च माहौल इहो जिहा है, काम करन नूं हरेक ही बंदा डरदा, भावें ओह खेती दा होवे ते भावें कोई होर किता होवे, बस पैसा आई जावे पैसा आई जावे। पैसा इदां नहीं आउंदा, मेहनत करनियां पैंदियां। लो मारो विसल ते करिए जिहड़ा आपां मैच शुरू कबड्डी दे ग्राउंड विच। शकूर जिहड़ा पिंड है जिले फिरोजपुर दा, आपां तकांगे कबड्डी दे ग्राउंड विच। मारो विसल मेरे वीरियो, भगते भाई दे लागे नौजवानों का नगर है। दूसरे बन्ने मैं देखांगा गुरु घर दे विच, बड़ी मर्यादा सहित साडे सेवादार जिहड़े वीर सेवा कर रहे हैं। लो कबड्डी दे ग्राउंड दे तकीए शकूर पिंड, लखवीर सिंह जी बराड़ होरां दा पिंड है, जिस धरती दे कबड्डी दा बहुत तकड़ा कप आए साल करवाया जांदा है। लखा औकंद वाले दा इस एरिए दा वधिया बुलारा है। उधले बन्ने दवड़ी खाने वाला मेरा वीर अमन दा वीर अमन मलेशिया कबड्डी की बदौलत पुज्या होया है। उत्थे साडा वीर मेरा वड्डा वीर गुरचरण सनेर जी नाल मनदीप कालिए वाला, सारे वीरां दा आपां सत्कार करांगे। लो गिंदे दी पाई हुई कबड्डी नाल जुड़ीए मेरी वीडियो। चीदा पिंड भगते भाई दे लागे है। लो खेड मैदान विच दूसरी जिहड़ी टीम है, गदरी बाबिआं दी धरती जिला फिरोजपुर। उधरले बन्ने आजादी दे परवाने दा कल जन्म दिहाड़ा है मेरे शहीद भगत सिंह। आओ गदरी बाबिआं दी धरती नौजवान फड़िया होया गुट, वज्जी होई कंची, एक बारी ताड़ी मार दिओ खेड प्रेमियो, नौजवान दे जफे ते ताड़ी मार दिओ। एक बन्ने कहिंदे गल भगते भाई दे लागे जिले बठिंडे दी गल, पर इह कहिंदे नौजवान जिथों बठिंडे दी हद शुरू हुंदी है मोगे दी हद खत्म हुंदी है, इह कहिंदे उस हद दे उपर वसिआ होइआ पिंड है। लो कबड्डी दे ग्राउंड विच चार जाफी चौहां दे विचों कौण, उधरले बन्ने दसवीं बराड़ा जिथों दा कहिंदे बिक्की इस साल कनेडा दे खेड मैदानां विच जंबो जट राणा धुम्मा पा के आया है। लो उसे नगर दा नौजवान। दूसरे बन्ने फिड्डिआं वाला हरजीत ते दलजीत दी जिहड़ी जोड़ी है पंजाब भर दे खेड मैदानां दे विच पूरी मशहूर होई है। लो देखो खेड मैदान दे विच आपां तकीए मेरे वीरियो, जिहड़े जित्तण लई कौडियां पाउंदे है उह तों पैसे लै के नहीं हार हुंदा, उहदे डाले ते की छपणी शेर दी फोटो, जिहदी रोटी ते अंब दा चार हुंदा, पीड़ पैंदी है जदों पाम ते योधा शहीदी लई पहलां तैयार हुंदा, उह सूरमे दी इक निशानी है, उह तों पैरी डिगे ते नहीं बार हुंदा, उत्तों दी पा के गात्रा रात नूं पीवे दारू, उह तां फोका जसेदार हुंदा। उह डेरे उसने सी कदों पंजाब विच जे जांदा भिंडरां वाला सरदार हुंदा ते पंगा सरपंची दा बूटिया लै लैंदा, जे गया ना मेरा यार रंडियाले वाला बाहर हुंदा। इह है नौजवान कबड्डी दे ग्राउंड विच शकूर पिंड वाला। ते दूसरे बन्ने तकीए सरामा ए ते सरामा बी दी जिहड़ी टीम है वह ग्राउंड के वल पुज जावे कृपा करके इस तो अगले मैच लई। उस तो बाद खेमोवाणा ते जग सिंह वाले की टीम, चिट्टियां कपाह दीआं फुट्टियां वर्गी धुप, मालवे का घुग वसदा होया नगर। अब तीजी जिहड़ी रेड है वह मिस है, यह नोट कर लैण कबड्डी के खिडारी। एकम अठूर कीपा बदनी का छा गया कि तीजी कबड्डी मिस बोपा राय शीरा पा गया है, जिहड़ी तीजी कबड्डी है कबड्डी के रूलों अनुसार मिस है मेरी वीडियो, रूलों अनुसार मिस है। ये पॉइंट जिहड़ा रेडर दे से है, रैफरी का कुछ रूल रैफरी का कुछ समा। आ देखो खेड मैदान विच अजक नहीं लाउणी, किसी नूं डकना नहीं, जे ना डकदा तां जफ्फा लाउण विच सफल सी नौजवान। लो शकूर वाले दी पाई हुई कबड्डी ग्राउंड विच, इह नौजवानां दा जिला फिरोजपुर है। उधरले बन्ने देखो रत्ते खेड़े दे लागे पिंड है, गल भावें कबड्डी दे ग्राउंड विच जिस धरती ते कहिंदे मिर्जे किहदे लागे वसे नगर कबड्डी दे महान है। धन्ने वालिआं ने कहिंदे 31 अगस्त नूं कप करवा के धन धन करवाई है, 25 तरीक नूं अकालगढ़ दी धरती दे बुलट दित्ते गए है, अज जग सिंह वाले दी धरती ते कहिंदे वेख रहा मैं कबड्डी के ग्राउंड विच बजाज मोटरसाइकिल वाले की गल होनी है। हर देखो मेरे सिटी 100 सिटी 100 लाओ कबड्डी के ग्राउंड की देखो, ये मान सम्मान दिते जाएंगे। नहीं और हिस्सा नौजवान हंदियां दे लागे कहिंदे मुंडा शकूर वाला, उधरले बन्ने वेखला बराड़ा कहिंदे जोर बिछर मंदा अपनी कहानी आप रज जांदा है। भोला सेवादार मेरा वीर गुलजिंदर सिंह जी कलेर साहब, दो टीमां लई पंजाब दे माया दे गफे पुजदे करदे है, उन्हां दा भी धन्नवाद है। सरामा ए ते सरामा बी दी टीम दे दरमियान कबड्डी दा जिहड़ा अगला मैच खेडिया जाऊगा, ये धरत मालवे दी
ਮਹਿਕਾਂ ਦੀ ਰਾਣੀ ਹੈ, ਇੱਥੇ ਮੇਲੇ ਛਿੰਝਾਂ ਦੀ ਯਾਰ ਇੱਕ ਰੀਤ ਪੁਰਾਣੀ ਹੈ। ਉਧਰਲੇ ਪਾਸੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸਤਪਾਲ ਸਿੰਘ ਜੀ ਯੂਐਸਏ ਵਾਲੇ, ਇੱਕ ਡਾਲਰ ਯੂਐਸਏ ਦਾ, ਅਮੈਰੀਕਾ ਦਾ ਇੱਕ ਡਾਲਰ ਜਿਹਨੇ ਆਪਣੀ ਛਾਤੀ ਦੇ ਉੱਪਰ ਰੱਖ ਕੇ ਵੋਟਾਂ ਦਾ ਇੱਟਾਂ ਭੰਨੀਆਂ ਸੀ, ਉਸ ਨੌਜਵਾਨ ਦੇ ਲਈ ਦੇ ਰਹੇ ਨੇ। ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਸਰਦਾਰ ਸਤਪਾਲ ਸਿੰਘ ਜੀ ਯੂਐਸਏ ਵਾਲੇ, ਵੱਡਾ ਧੰਨਵਾਦ ਹੈ ਕਲੇਰ ਸਾਹਿਬ ਦਾ। ਮਾਈਕ ਟੂ ਗਰਾਊਂਡ। ਇੱਕ ਡਾਲਰ ਦੇ ਨਾਲ ਮਾਣ ਸਨਮਾਨ ਹੋਇਆ, ਮੇਰੇ ਜੇ ਪੁਆਇੰਟਾਂ ਨੂੰ ਸਰਜਾ ਕਰੀਏ, ਬਣਦੇ ਨੋਟ ਹਜ਼ਾਰਾਂ। ਉਧਰਲੇ ਬੰਨੇ 60-65 ਦੇ ਕਰੀਬ ਇੱਕ ਡਾਲਰ ਦਾ, ਇੱਕ ਕਹਿੰਦੇ ਪੌਂਡ ਦਾ, ਗੱਲ 85-80 ਦੀ ਹੋ ਜਾਂਦੀ ਹੈ। ਐਰੋ ਤੇ ਯੂਰੋ ਤੇ ਦੰਦਾਰਾਂ ਦੀ ਗੱਲ ਹੈ। ਕਬੱਡੀ ਦੇ ਖੇਡ ਮੈਦਾਨ ਵਿੱਚ ਇੰਗਲੈਂਡ ਜਾਈਏ ਪੌਂਡ ਮਿਲਦੇ ਹੈ, ਕੈਨੇਡਾ ਜਾਈਏ ਡਾਲਰ ਮਿਲਦੇ ਹੈ, ਜੇ ਇੰਡੀਆ ਖੇਡੀਏ ਫਿਰ ਰੁਪਈਏ ਦਿੱਤੇ ਜਾਂਦੇ ਹੈ। ਅੱਜ ਇਸ ਧਰਤੀ ਦੇ ਰੁਪਈਆਂ ਦੇ ਮਾਣ ਸਨਮਾਨ ਹੋਣੇ ਹੈ, ਨਾਲ ਦੋ ਮੋਟਰਸਾਈਕਲ ਹੈ। ਪਰ ਪੇਸਿਆਂ ਦੇਖਾਂਗੇ ਮੋਟਰਸਾਈਕਲ ਬਠਿੰਡੇ ਜਾਂਦੇ ਹੈ ਜਾਂ ਮੁਕਤਸਰ ਜਾਂਦੇ ਹੈ। ਪੰਜਾਬ ਦੇ 22 ਜ਼ਿਲ੍ਹੇ ਹੈ, 22 ਜ਼ਿਲ੍ਹਿਆਂ ਦੇ ਵਿੱਚੋਂ ਪੰਜਾਬ ਦੇ ਸਟਾਰਾਂ ਨੇ ਪੁੱਜਣਾ ਹੈ। ਆਹ ਕਬੱਡੀ ਦੇ ਗਰਾਊਂਡ ਦੀ ਦੇਖੋ ਕਿ ਸੂਰਮਾ ਕਦੇ ਨਹੀਂ ਸਹਿ ਸਕਦਾ, ਦਰ ਤੋਂ ਮਿਲੀਆਂ ਹਾਰਾਂ ਨੂੰ ਜਿਵੇਂ ਯਾਰੀ ਪਰਖਦਾ ਸੋਨੇ ਨੂੰ, ਤੇ ਸਮਾਂ ਪਰਖਦਾ ਯਾਰਾਂ ਨੂੰ ਜਿਵੇਂ ਯਾਰੀ ਪਰਖਦਾ ਸੋਨੇ ਨੂੰ, ਤੇ ਸਮਾਂ ਪਰਖਦਾ ਯਾਰਾਂ ਨੂੰ। ਆਪਾਂ ਸਾਰੇ ਵੀਰਾਂ ਦਾ ਸਤਿਕਾਰ ਕਰਾਂਗੇ। 27 ਤਰੀਕ ਦਾ ਦਿਨ ਹੈ, 364 ਦਿਨ ਬਾਅਦ ਇਹ ਕਬੱਡੀ ਦਾ ਜਿਹੜਾ ਕੱਪ ਹੈ ਫਿਰ ਆਉਂਦੇ ਸਾਲ ਦੀ ਉਡੀਕ ਕਰਾਂਗੇ। ਲਓ ਦੇਖੋ ਨੌਜਵਾਨ ਦੀ ਪਾਈ ਹੋਈ ਕਬੱਡੀ, 4 ਖਿਡਾਰੀ ਹੈ। ਲਓ ਮੁੰਡਾ ਮੋਗੇ ਵਾਲਾ ਕਬੱਡੀ ਦੇ ਗਰਾਊਂਡ ਵਿੱਚ, ਰੋਪੜ ਦੀ ਰਫਲ ਵਾਲੀ ਰੌਂਦ ਵਿੱਚ ਅੰਬਰਸਰੀਆ, ਲੱਗਦਾ ਜਮਾਂ ਜਾਂ ਦੇਸੀ, ਵੇਖਣ ਨੂੰ ਚੰਡੀਗੜੀਆ, ਕਰ ਲਾ ਦਿਲ ਸਾਂਝਾ ਨੀ, ਆਖੂ ਕਿਹੜਾ ਮੋਗੇ ਵਾਲਾ ਬਣਿਆ ਨਾ ਰਾਂਝਾ ਨੀ, ਆਖੂ ਕਿਹੜਾ ਮੋਗੇ ਵਾਲਾ। ਇਹ ਹੈ ਕਬੱਡੀ ਦਾ ਰਾਂਝਾ, ਦੇਖੋ ਖੇਡ ਮੈਦਾਨ ਵਿੱਚ। ਲਾ ਜੱਫਾ ਆਪਣੀ ਟੀਮ ਦੇ ਸੇ ਬੜਾ ਤਕੜਾ ਪੁਆਇੰਟ ਜੋੜਦਾ ਹੋਇਆ। ਔਰ ਨਾਲ ਹੀ ਮੇਰੀ ਬੇਨਤੀ ਹੈ, ਸਰਾਵਾਂ ਬੀ ਦੀ ਟੀਮ ਤੇ ਏ ਦੀ ਟੀਮ, ਏ ਪੁੱਜੀ ਅੱਗੇ ਬੀ ਪੁੱਜੀ ਹੈ, ਇਹ ਦੱਸਿਓ ਮੇਰੀ ਵੀਰੋ ਬੀ ਦੀ ਟੀਮ ਜਿਹੜੀ ਗਰਾਊਂਡ ਦੇ ਵੱਲ ਆਈ ਹੈ। ਵਰਿੰਦਰ ਭਿੰਡਰਾਂ ਵਾਲਾ ਕਬੱਡੀ ਦਾ ਸਟਾਰ ਹੈ, ਉਹ ਵੀ ਮੇਰਾ ਵੀਰ ਅਚੇਚੇ ਤੌਰ ਤੇ ਪੁੱਜਿਆ ਹੈ। ਜਿਸ ਧਰਤੀ ਦੇ ਕਹਿੰਦੇ ਸਰਾਵਾਂ ਦੇ ਸੁਖਵੀਰ ਦਾ, ਜਦੋਂ ਪੰਜਾਬ ਦਾ ਪਹਿਲਾ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ, ਉਸ ਕੱਪ ਦੇ ਵਿੱਚ ਕਹਿੰਦੇ ਮੰਗੀ ਤੇ ਕਲਜੀਤੇ ਦੇ ਮਾਨ ਸਵਰਾਜ ਟਰੈਕਟਰਾਂ ਨਾਲ ਹੋਏ। ਉਸੇ ਸਾਲ ਮੇਜਰ ਭਲੋਰ ਤੇ ਕਰਮਪਾਲ ਸਿੱਧੂ ਲੰਡੇ ਕੇ ਪਿੰਡ ਵਾਲਿਆਂ ਨੇ ਇੱਕ ਕਹਿੰਦੇ ਸਵਰਾਜ ਟਰੈਕਟਰ ਸਰਾਵਾਂ ਦੇ ਸੁਖਵੀਰ ਨੂੰ ਦਿੱਤਾ, ਜਿੱਥੇ 6 ਸਕਾਰਪੀਓ ਗੱਡੀਆਂ, 16 ਬੁਲਟ, 85 ਲੱਖ ਦੀ ਲਾਗਤ ਵਾਲਾ ਜਿਹੜਾ ਕਬੱਡੀ ਦਾ ਕੱਪ ਲੰਡੇ ਕੇ ਪਿੰਡ ਹੋਇਆ। ਉਸ ਨਗਰ ਦੇ ਵੀਰਾਂ ਦਾ ਮਾਣ ਸਨਮਾਨ। ਲਓ ਕਬੱਡੀ ਦੇ ਗਰਾਊਂਡ ਦੇ ਤੱਕੀਏ, ਨੌਜਵਾਨ ਦੀ ਪਾਈ ਹੋਈ ਕਬੱਡੀ ਹੈ, ਡਾਲੇ ਦੇ ਉੱਪਰ ਥੋੜੀ ਸੱਟ ਲੱਗੀ ਹੋਈ ਹੈ, ਝੁੱਕ ਕੇ ਪਾਈ ਹੋਈ ਕਬੱਡੀ। ਸਿਆਣੇ ਕਹਿੰਦੇ ਹੈ ਜਦੋਂ ਸ਼ੇਰ ਜ਼ਖਮੀ ਹੋ ਜਾਂਦਾ ਹੈ ਹੋਰ ਵੀ ਖੁਨਖਾਰ ਹੋ ਜਾਂਦਾ ਹੈ, ਪਰ ਇਧਰਲੇ ਬੰਨੇ ਦੇਖੋ ਜੱਫਾ ਲੱਗ ਰਿਹਾ ਕਬੱਡੀ ਦੇ ਗਰਾਊਂਡ ਵਿੱਚ ਕਿ ਵੱਜ ਜਾਵੇ ਕੈਂਚੀ ਤਾਂ ਤਿਹਾੜ ਜੇਲ੍ਹ ਹੁੰਦੀ ਹੈ, ਚੱਕਲੇ ਦੇ ਉੱਤੇ ਜਿਵੇਂ ਰੋਟੀ ਵੇਲ ਹੁੰਦੀ ਹੈ, ਜੀ ਜਾਨ ਨਾਲ ਪੰਜਾਬੀ ਹੋਈ ਕੌਡੀ ਖੇਲ ਹੁੰਦੀ ਹੈ। ਸਾਡੇ ਵੀਰ ਵਿਸਾਖਾ ਸਿੰਘ ਜੀ ਸੀਰ ਵਾਲੀ ਨਗਰ ਪੂਰੀ ਦੁਨੀਆਂ ਵਿੱਚ ਮਾਣ ਹੈ, ਉਹ ਵੀ ਉੱਚੇ ਤੌਰ ਤੇ ਪੁੱਜੇ ਹੋਏ ਹੈ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਨਛੱਤਰ ਸਿੰਘ ਜੀ ਕਲੇਰ ਕੈਨੇਡਾ, ਉਹਨਾਂ ਵੱਲੋਂ 50,000 ਰੁਪਇਆ ਇਸ ਕਬੱਡੀ ਦੇ ਮਹਾਕੁੰਭ ਲਈ ਪੁੱਜਿਆ। ਸ਼ਕੂਰ ਦੀ ਜਿਹੜੀ ਟੀਮ ਇਸ ਚੱਲਦੇ ਮੈਚ ਦੇ ਵਿੱਚੋਂ ਜੇਤੂ ਰਹੀ ਹੈ, ਉੱਥੇ ਬਿਕਰਮਜੀਤ ਸਿੰਘ ਜੀ ਸਪੇਨ ਸਾਡੇ ਵੀਰ 48,000 ਮੂਵ ਵਾਲੇ ਵੀਰ ਕੋਲੋਂ ਜਿਹੜੇ ਮਾਇਆ ਦੇ ਗੱਫੇ ਪ੍ਰਾਪਤ ਕਰ ਲਓ। ਇੱਕ ਮੇਰੀ ਹੋਰ ਬੇਨਤੀ ਹੈ ਦਾਨੀ ਸੱਜਣਾ ਨੂੰ, ਜਿਹੜੇ ਪਲੇਅਰਾਂ ਨੂੰ ਪੈਸੇ ਦੇ ਰਹੇ ਆ, ਜਸਵਿੰਦਰ ਸਿੰਘ ਜੀ, ਇੱਕ ਮੇਰੀ ਬੇਨਤੀ ਹੈ ਵੀ ਕਿਸੇ ਵੀ ਪਲੇਅਰ ਦਾ ਜਿਹੜਾ ਪੈਸਾ ਹੈ ਮੈਨੂੰ ਨਾ ਫੜਾਇਓ, ਕਿਰਪਾ ਕਰਕੇ ਜਾਂ ਤਾਂ ਪਲੇਅਰਾਂ ਨੂੰ ਸਿੱਧੇ ਫੜਾ ਦਿਓ ਤੇ ਜਾਂ ਕਿਸੇ ਕਮੇਟੀ ਵੱਲ ਨੂੰ ਫੜਾ ਦਿਓ ਜਿੱਥੋਂ ਇਹ ਪਲੇਅਰ ਪ੍ਰਾਪਤ ਕਰ ਸਕਣ। ਰੁਪਈਆ 50 ਹੁੰਦਾ, ਪਤਾ ਨਹੀਂ 100 ਹੁੰਦਾ, ਪਰ ਖਿਡਾਰੀ ਦਾ ਮਾਣ ਹੁੰਦਾ, ਭੁਲੇਖੇ ਨਾਲ ਕੋਈ ਹੋਰ ਲੈ ਜਾਂਦਾ, ਮੁੜ ਕੇ ਦੁੱਖ ਬੜਾ ਲੱਗਦਾ। ਕਿਰਪਾ ਕਰਕੇ ਕਿਸੇ ਵੀ ਪਲੇਅਰ ਦਾ ਜਿਹੜਾ ਪੈਸਾ ਹੈ ਮੈਨੂੰ ਨਹੀਂ ਫੜਾਉਣਾ, ਜਾਂ ਤਾਂ ਪ੍ਰਬੰਧ ਕਮੇਟੀ ਤੱਕ ਪੁੱਜਦੇ ਕਰਿਓ ਤੇ ਜਾਂ ਉਹ ਪਲੇਅਰ ਨੂੰ ਹੈਂਡ ਬਾਈ ਹੈਂਡ ਜਿਹੜੇ ਸਿੱਧੇ ਪੈਸੇ ਦੇ ਦਿਓ, ਮੇਰੀ ਹੱਥ ਬੰਨ ਕੇ ਬੇਨਤੀ ਹੈ। ਆਓ ਸਰਾਵਾਂ ਏ ਤੇ ਸਰਾਵਾਂ ਬੀ ਦੀ ਟੀਮ ਦੇ ਦਰਮਿਆਨ ਅਗਲਾ ਮੈਚ ਤੱਕਾਂਗੇ। ਖੇਮੋਵਾਲਾ ਤੇ ਜਗਤ ਸਿੰਘ ਵਾਲਾ, ਰੱਤੀ ਰੋੜੀ ਤੇ ਬਾਬਾ ਕਿਸ਼ਨ ਦਾਸ ਕਬੱਡੀ ਕਲੱਬ ਬਾਜਾ ਖਾਨਾ। ਇਸ ਤੋਂ ਬਾਅਦ ਅਸੀਂ ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਦੀਆਂ ਟਾਈਆਂ ਕੱਢਣ ਲੱਗੇ ਹਾਂ। ਜੇ ਕੋਈ ਟੀਮ ਓਪਨ ਦੀ ਐਂਟਰ ਹੋਣ ਵੱਲੋਂ ਰਹਿੰਦੀ ਹੈ, ਕਿਰਪਾ ਕਰਕੇ ਜਲਦੀ ਜਲਦੀ ਉਹ ਸਾਡੀ ਐਂਟਰੀ ਕਾਊਂਟਰ ਤੇ ਆ ਕੇ ਐਂਟਰ ਹੋ ਜਾਵੇ। ਉੱਥੇ ਸਾਡੇ ਅਮਰਜੀਤ ਸਿੰਘ ਜੀ ਭੰਡਾਰੀ ਪਿੰਡ ਲੈਪੋ ਵਾਲੇ, ਉਹਨਾਂ ਨੇ ਵੀ ਕਹਿੰਦੇ 2 ਏਸੀਆਂ ਦੀ ਗੁਰੂ ਘਰ ਦੇ ਵਿੱਚ ਸੇਵਾ ਕਰਵਾਈ ਹੈ। ਨਾਲ ਜਗਦੇਵ ਸਿੰਘ ਜੀ ਕਲੇਰ ਸਾਹਿਬ ਕੈਨੇਡਾ, 15,000 ਰੁਪਇਆ ਉਹਨਾਂ ਵੱਲੋਂ ਦਿੱਤਾ ਗਿਆ ਹੈ। ਸਤਪਾਲ ਸਿੰਘ ਜੀ ਕਲੇਰ ਯੂਐਸਏ ਯੂਨਾਈਟਡ ਸਟੇਟ ਅਮੈਰੀਕਾ ਦੇ ਵਿੱਚ ਵੱਸਦੇ ਹੈ, ਇੱਥੋਂ ਦੇ ਪਾਉਂਡ, ਗੱਲ ਡਾਲਰਾਂ ਦੀ ਹੁੰਦੀ ਹੈ,
उन्होंने वालों भी 15,000 रुपया, अमरजीत सिंह जी ढिल्लों साहब उन्होंने 11,000 रुपये का मान सम्मान बख्शिया है, अर्शप्रीत सिंह जी बराड साहब, दविंदर पाल सिंह जी 11,000 रुपया, साढ़े न्यूजीलैंड वाले वीर उन्होंने वालों 11,000 रुपये के माया के गफे पुजे है। लो स्टेज वाली सैड पॉइंटा वाला भी नोट कर लवे भी बी की टीम है सरामा बी ते उधरले बन्ने सरामा ए की जी टीम है। आ खिडारी का कहिंदे धर्मकोट के लागे पिंड है जिले मोगे का, यह खिडारी का पक्का नाम बरिंदर सिंह है पर कहिंदे निकनेम बस्ताल है। लो देखो कबड्डी के ग्राउंड बदूख का बच्चा बस्ताल, आओ पहली कबड्डी के उपर देखो मेरे वीरो लगा पिया जफा कबड्डी के ग्राउंड आ भी नौजवान है। यह दोवें जिहड़ियां टीमां इको नगर दियां कबड्डी के ग्राउंड लो सुखबीर सिंह एक कहिंदे सरामा वाला पर मुंडे का कहिंदे कोरे वाला पिंड है जिले मोगे का, डरोली भाई दे लागे सुखबीर कोरे वाली कबड्डी पा रहा है। गुरुआं दी चरण मुबारक धरती है कि गुरुआं सानू दिता है वरदान कबड्डी का, पूजन योग हुंदा है जंग मैदान कबड्डी का, हर मां की इच्छा है कि उहदा पुत बन जाए कप्तान कबड्डी का। लो देखो मेरे वीरियो कैंची बज चुकी है कबड्डी के ग्राउंड कहिंदे कैंची जिहड़ी कार्ड है जिले लुधियाने का तहसील जगराओं का पिंड अठूर जिथों के एकम ने वर्ल्ड कबड्डी वर्ल्ड ट्रैक्टर जितया है उतों के छांगे की कढ़ी हुई कार्ड आम मैं खेड मेलों के उपर देखा है भी वरती जाती है। अमन सरामा वाला देखो कबड्डी के ग्राउंड दो वीर वह पिंड कहिंदे पूरी दुनिया के मशहूर कर गए है तो अज देखो मेरे वीरियो लै भी सरामा वाले है कबड्डी 75 च भी कबड्डिया पानी है तो ओपन भी धन धन करवा है। लै मेरे वीर दस ये मुंडे का नाम की है नौजवान। ला उधरले बन्ने कल्याणा वाला कबड्डी के ग्राउंड निकू कल्याण पिंड की धरती का कल्याण सुखा करके बड़ा मशहूर नगर होया है। ला कबड्डी के ग्राउंड मेरे बाजा वाले माही की साजी हुई काम कबड्डी के ग्राउंड देखो कबड्डी पा रही है कि राज रोया मजदूर ने धा मारी कंध गारे की ढिलके जान लगी इटा कहदियां सन सानू ना लायो कहिंदे तेसी उन्हां दे बन्नो उडान लगी कि भज जायो जे भज जलाद आया आके मां गुजरी नूं कहन लगा कि जेड़ा जोड़ा मासूमां दा रह गया सी मैनूं लगदा ओह वी नहीं रहण लगा उठ के वेख माए भोलीए तेरे बेटे दे बेटे जा रहे ने जिन्हां नूं रेशम विच लपेट के रखदी सैं अज इट्टां विच लपेटे जा रहे ने। ये मेरे बाजां वाले कहिंदे माही बाजा वाली सच्ची सरकार दा वतन। लो देखो खेड मैदान विच आओ बज्जी ताल उखड़े पैर कबड्डी दे ग्राउंड विच अंक जिहड़ा धावी दे हिस्से जुड़दा होया है। अमन देखो खेड मैदान विच कबड्डी पांद लई वाधा है। एक जनेतपुर दा मशहूर है, एक अमन कुंडी मशहूर है, एक अठूर वाला साडे तो विछड़ गया है। लो कबड्डी दे ग्राउंड विच देखो अज इस धरती ते गुरविंदर दीआं जादां जुड़ियां ने कबड्डी दे ग्राउंड दे नाल। लो खिलाड़ियां बाहां कबड्डी दे ग्राउंड विच मुंडा हथ नहीं धराउंदा कि नहीं लेखा पिथो वाले चार भरावां दा हस हस रेडा कढ़दा है सुखबीर सरामा दा। ये है नौजवान उस नगर दीआं दोहें टीमां कोटकपुरी दे लागे वसिया पिंड है आ भी नौजवान है। नाल ही मेरी बेनती है इस नगर की मेजबानी करदी होई टीम जगत सिंह वाला ते खेमू वाले की टीम अगले मैच लई पुज्जणगियां ग्राउंड विच सुखबीर कोरे वालीए दी पाई हुई कबड्डी है। यह है मोगे वाला नौजवान कहिंदे बाबे फरीद की धरती फरीदकोट उठ फरीदा सुत्या तू झाड़ू दे मसीत तू सुता रब जागदा तेरी डाढ़े नाल प्रीत। आ कबड्डी दे ग्राउंड विच देखो मेरे वीरियो एन सवाद वाली खेड लक फड़िया गया ते जफा करारा जिहा हथ करारे जिहा चूर चकदा पप्पू पांदा हथ करारे। ये भी कहिंदे नौजवान ने करारे जिहे हथ पा के एक तकड़ा जफा ला दिता है। अज संघर्ष ये मां खेड कबड्डी का चल भी नौजवान है कि जिहड़ा तीर निशाने खुंज जे कि उहदा ओह कादा हथियार उहदी जित हमेशा दोस्तों जिहड़ा पहला कर गया वार। अज देखो अमन आ वेखो धूड़ा पड़दा आंदा है नौजवान वाकई वेख भी गुरभेज सिंह गुरदास सिंह मुंडे दे शरीर नूं वेख के पता लगता है भी मेहनत लाई है खुराक खाधी है और देखो उड़जू उड़जू करदी रंगले पंजाब दी खेड। उधरले बन्ने ब्रह्म ज्ञानी महान तपस्वी बाबा भगत जी बाबा भगत सिंह जी जी की याद च रौनकां लगियां होईआं है। साधु हुंदे ने सरूप सच्चे रब दा ये तो मंगते ने भला सारे जग दा ते जग ताईं तार दिंदे है निगाह मार के सवलीए बूटे है कुल्ला नूं सवार दिंदे है निगाह मार के सवलीए बूटे है कुल्ला नूं सवार दिंदे है। मेरे बाजा वाले माही दी काम कबड्डी दे ग्राउंड विच देखो कि प्यो मिल जे कलगी धर वर्गा जिन्हों साहिबकार जी मां मिल जे उन्हें होर की लैना दुनिया तो
ਜਿਹਨੂੰ ਆਨੰਦਪੁਰ ਸਾਹਿਬ ਦੀ ਥਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਆਨੰਦਪੁਰ ਸਾਹਿਬ ਦੀ ਥਾਂ ਮਿਲ ਜੇ ਲਓ ਕਬੱਡੀ ਦੇ ਗਰਾਊਂਡ ਵਿੱਚ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਦੇਸ਼ ਪੰਜਾਬ ਤੇ ਨੌਜਵਾਨ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਲੈ ਵੀ ਕਲਿਆਣਾ ਵਾਲਿਆ ਸਵਾਦ ਆਜੂਗਾ ਇਸ ਨੌਜਵਾਨ ਦਾ ਜਫੇ ਦੇ ਉੱਪਰ ਕਬੱਡੀ 75 ਕਿਲੋ ਦੇ ਮੈਚ ਨਾਲ ਹੀ ਮੇਰੀ ਬੇਨਤੀ ਹੈ ਜਸਵਿੰਦਰ ਵੀਰ ਹੋਰਾਂ ਨੂੰ ਪੂਰੀ ਪ੍ਰਬੰਧ ਕਮੇਟੀ ਹੈ ਓਪਨ ਦੀਆਂ ਜਿਹੜੀਆਂ ਟਾਈਆਂ ਕੱਢ ਦਿਓ ਵਾਹ ਮੇਰੀ ਵੀ ਕਬੱਡੀ ਦੇ ਗਰਾਊਂਡ ਵਿੱਚ ਲਖਾ ਸਰਾਵਾਂ ਵਾਲਾ ਕਹਿੰਦੇ ਕੋਸ਼ਿਸ਼ ਕਰ ਰਹੇ ਆ ਡੱਕਣ ਦੀ ਕਬੱਡੀ ਦੇ ਗਰਾਊਂਡ ਵਿੱਚ ਗੱਲ ਮਾਨ ਸਨਮਾਨਾਂ ਦੀ ਹੈ ਕਬੱਡੀ ਵਿੱਚ ਰਿਕਾਰਡ ਜਿਹੜੇ ਫੇਡਿਆਂ ਵਾਲਿਆ ਇਸ ਨੌਜਵਾਨ ਨੇ ਪੈਦਾ ਕੀਤੇ ਹੈ ਮਾੜੀ ਦਾ ਸ਼ਿਕੰਦਰ 36 ਮੋਟਰਸਾਈਕਲਾਂ ਦਾ ਜੇਤੂ ਹੈ ਤੇ ਅਲਕੜਿਆਂ ਵਾਲਾ ਹਰੀਕਿਆਂ ਵਾਲਾ ਪਾਈਏ ਤੇ 37 ਮੋਟਰਸਾਈਕਲ ਹੋ ਗਏ ਹੈ ਦੋ ਜਿਹੜੀਆਂ ਨੈਣੋ ਗੱਡੀਆਂ ਹੋ ਗਈਆਂ ਇੱਕ ਕਹਿੰਦੇ 3600 ਫੋੜ ਹੋ ਗਿਆ ਹੈ ਕੁੱਲ ਮਿਲਾ ਕੇ ਆਪਾਂ ਤੱਕੀਏ ਵੀ 40 ਜਿਹੜੇ ਮਾਨ ਸਨਮਾਨ ਹੈ ਮਾੜੀ ਦੇ ਸ਼ਿਕੰਦਰ ਦੇ ਹੋਏ ਹੈ ਹਰ ਕਬੱਡੀ ਦੇ ਗਰਾਊਂਡ ਵਿੱਚ 59 ਜਿਹੜੇ ਮੋਟਰਸਾਈਕਲ ਹੈ ਉਹ ਪਿੱਥੋ ਵਾਲੇ ਸ਼ੀਰੇ ਨੇ ਜਿੱਤੇ ਹੈ ਆਪਾਂ ਸਤਿਕਾਰ ਕਰਾਂਗੇ ਕਬੱਡੀ ਦਾ ਮਾਨ ਸਨਮਾਨ ਵੇਖ ਲੈ ਨੌਜਵਾਨਾਂ ਆਹ ਬੱਲੇ ਬੱਲੇ ਹੋ ਗਈ ਹੈ ਇਹ ਮੁੰਡੇ ਦਾ ਕਹਿੰਦੇ ਸਟਾਈਲ ਇਹ ਮੁੰਡੇ ਦੀ ਕਹਿੰਦੇ ਪਕੜ ਬਰਾੜ ਸਾਹਿਬ ਕਿਹੜੇ ਮੁੰਡੇ ਨਾਲ ਮਿਲਦੀ ਹੈ ਤੇਰੇ ਕਹਿੰਦੇ ਪਿੰਡ ਦਾ ਮੁੰਡਾ ਜਿਹੜਾ ਧੁੰਮਾ ਪਾ ਗਿਆ 18 ਸਾਲ ਦੀ ਉਮਰ ਦੇ ਵਿੱਚ ਵਿੱਕੀ ਹਰੀਕੇ ਕਲਾਂ ਵਾਲੇ ਦੀ ਪਕੜ ਕਰਾਰੀ ਹੈ ਇੱਥੇ ਰੱਖ ਮੇਰੇ ਵੀਰਿਓ ਇਹਨੂੰ ਕਹਿੰਦੇ ਧੱਕੇ ਮਾਰ ਕੇ ਕੱਢਣਾ ਬਾਹਰ ਧੱਕੇ ਮਾਰ ਕੇ ਦਲਾਨੋਂ ਕੱਢਿਆ ਜਿਵੇਂ ਕਹਿੰਦੇ ਖੰਡ ਪੜੋ ਸ਼ਰਾਬੀ ਕੱਢੀਦਾ ਵੀ ਅਸੀਂ ਤਾਂ ਸੁਖਨਾ ਮਸਾਂ ਗੁਰੂ ਮਹਾਰਾਜ ਘਰੇ ਲਿਆਂਦਾ ਤੇ ਤੂੰ ਪੀ ਕੇ ਬੋਤਲ ਇੱਥੇ ਵੜਕਾ ਮਾਰਦਾ ਫਿਰਦਾ ਹਾਂਜੀ ਜਿਹੜੇ ਕੁਰਸੀਆਂ ਜੰਗਲੇ ਦੇ ਲਾਗੇ ਲੱਗੀਆਂ ਕਿਰਪਾ ਕਰਕੇ ਉਹ ਕੁਰਸੀਆਂ ਜਿਹੜੀਆਂ ਪਿੱਛੇ ਕਰ ਲਓ ਤੇ ਦਰਸ਼ਕ ਵੀਰਾਂ ਨੂੰ ਅੱਗੇ ਬਹਿਣ ਦਿਓ ਕਿਰਪਾ ਕਰਕੇ ਜੰਗਲੇ ਦੇ ਨਾਲ ਅਮਨ ਸਰਾਵਾਂ ਵਾਲਾ ਦੇਖੋ ਮੇਰਿਓ ਇਹ ਨੌਜਵਾਨ ਦੀ ਕਬੱਡੀ ਵੀ ਪੂਰੇ ਜਗਤ ਪਰ ਪ੍ਰਸਿੱਧ ਹੋਈ ਹੈ ਇੱਕ ਧਾਵੀ ਦੇਖਿਆ ਅਮਨ ਸਰਾਵਾਂ ਦਾ ਅੰਮ੍ਰਿਤ ਵੇਲੇ ਦੇ ਪਹਿਲੇ ਪੈਰ ਵਰਗਾ ਜਾਫੀਆਂ ਤੇ ਕਰਦਾ ਅਟੈਕ ਮਿੱਤਰੋ 12 ਬੋਰ ਦੀ ਪੱਕੀ ਦੇ ਫੈਰ ਵਰਗਾ ਆਓ ਜਗਤ ਸਿੰਘ ਵਾਲਾ ਤੇ ਖੇਮੋਣ ਦੀ ਟੀਮ ਅਗਲੇ ਮੈਚ ਲਈ ਲੈ 10-22 ਕਿੰਨੀਆਂ ਲੀਕਾਂ ਮਾਰੀਆਂ ਨੇ ਕਾਪੀ ਦੀ ਹਿੱਕ ਦੇ ਉੱਪਰ ਇਸ ਮੈਚ ਦੇ ਵਿੱਚੋਂ ਸਰਾਵਾਂ 20 ਦੀ ਜਿਹੜੀ ਟੀਮ ਹੈ ਉਹ ਜੇਤੂ ਰਹੀ ਹੈ ਜਿੱਥੇ ਵੀ ਪ੍ਰਬੰਧਕ ਵੀਰੇ ਨੋਟ ਕਰ ਰਹੇ ਹੈ ਕਿਰਪਾ ਕਰਕੇ ਉਹ ਵੀਰ ਨੋਟ ਕਰ ਲੈਣ ਜਗਤ ਸਿੰਘ ਵਾਲਾ ਤੇ ਖੇਮੋਣਾ ਸਰਾਵਾਂ 20 ਦੀ ਟੀਮ ਇਸ ਚੱਲਦੇ ਮੈਚ ਦੇ ਵਿੱਚੋਂ ਜੇਤੂ ਉੱਥੇ ਨਾਲ ਹੀ ਅਸੀਂ ਸਤਿਕਾਰ ਕਰਦੇ ਹਾਂ ਸਾਡੇ ਰਿਸ਼ਪਾਲ ਸਿੰਘ ਜੀ ਬਰਾੜ ਸਾਹਿਬ 11,000 ਰੁਪਇਆ ਮਨਪ੍ਰੀਤ ਸਿੰਘ ਜੀ ਬਰਾੜ ਇਟਲੀ 11,000 ਰੁਪਇਆ ਬਲਦੇਵ ਸਿੰਘ ਜੀ ਸਰਾਂ 10,000 ਰੁਪਇਆ ਕੁਲਵੀਰ ਸਿੰਘ ਜੀ ਬਹਿਰੀਨ ਉਹਨਾਂ ਵੱਲੋਂ ਵੀ 5100 ਰੁਪਇਆ ਮਨਦੀਪ ਸਿੰਘ ਜੀ ਗਿੱਲ ਮਲੇਸ਼ੀਆ 5100 ਰੁਪਇਆ ਰਜਿੰਦਰ ਸਿੰਘ ਜੀ ਸਿੱਧੂ ਇਟਲੀ 5100 ਰੁਪਇਆ ਆਕਾਸ਼ਦੀਪ ਸਿੰਘ ਜੀ ਗਿੱਲ ਮਲੇਸ਼ੀਆ ਉਹਨਾਂ ਵੱਲੋਂ ਵੀ 5100 ਰੁਪਏ ਦੇ ਮਾਨ ਸਨਮਾਨ ਹੈ ਸਤਿਕਾਰ ਕਰਾਂਗੇ ਬੈਟ ਟ੍ਰੀਟਮੈਂਟ ਜਾਫੀ ਲਈ ਮੋਟਰਸਾਈਕਲ ਦਿੱਤੇ ਜਾਣਗੇ ਔਰ ਜਿੰਨੇ ਵੀ ਵੀਰਾਂ ਨੇ ਮਾਇਆ ਦੇ ਜਿਹੜੇ ਗੱਫੇ ਦਿੱਤੇ ਹੈ ਉਹਨਾਂ ਸਾਰੇ ਵੀਰਾਂ ਦਾ ਆਪਾਂ ਸਤਿਕਾਰ ਕਰਾਂਗੇ ਰਾਜਾ ਝਾੜੀ ਵਾਲਾ ਸਾਡਾ ਕਬੱਡੀ ਕੋਚ ਉਹਦਾ ਮਾਨ ਸਨਮਾਨ ਹੋਊਗਾ ਕਬੱਡੀ ਖਿਡਾਰੀ ਮਹਾਂ ਸਿੰਘ ਜੀ ਜਗ ਸਿੰਘ ਵਾਲਾ ਉਹਦਾ ਵੀ ਮਾਨ ਸਨਮਾਨ ਹੋਊਗਾ ਉੱਥੇ ਆਪਾਂ ਸਤਿਕਾਰ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਸਿਆਸਤ ਦੇ ਦਰਵੇਸ਼ ਸਾਡੇ ਸਰਦਾਰ ਕਮਰਜੀਤ ਸਿੰਘ ਜੀ ਰੋਜੀ ਬਰਕੰਦੀ ਯੂਥ ਪ੍ਰਧਾਨ ਅਕਾਲੀ ਦਲ ਉਧਰਲੇ ਬੰਨੇ ਮਾਲਵਾ ਯੌਨ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਜਨ ਅੱਜ ਮਾਨ ਸਨਮਾਨ ਨਾਮੰਡ ਸਮਾਰੋਹ ਜਿਹੜਾ ਉਹਨਾਂ ਨੇ ਆਪਣੇ ਮੁਬਾਰਕ ਥਾਨਾ ਅਦਾ ਕਰਨਾ ਹੈ ਉਹਨਾਂ ਦਾ ਵੀ ਸਤਿਕਾਰ ਕਰਾਂਗੇ 1,00,000 ਰੁਪਏ ਦਾ ਯੋਗਦਾਨ ਵੀ 1,21,000 ਰੁਪਇਆ ਇਸ ਕਬੱਡੀ ਟੂਰਨਾਮੈਂਟ ਲਈ ਮਾਇਆ ਦੇ ਗੱਫੇ ਬਖਸ਼ੇ ਉਹਨਾਂ ਨੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਅਗਲੇ ਸਾਲ ਉਹਨਾਂ ਨੇ ਐਲਾਨ ਕੀਤਾ ਹੈ ਵੀ ਬੈਟਰ ਐਡਵਰਡ ਜਾਫੀ ਲਈ ਜਿਹੜੇ 2 ਬੁੱਢ ਦਿੱਤੇ ਜਾਣਗੇ ਇੱਕ ਮੈਂ ਮਾਲਵੇ ਵਾਲਿਆਂ ਨੂੰ ਮੁਕਤਸਰ ਵਾਲਿਆਂ ਨੂੰ ਦੱਸ ਦੇਵਾਂ ਇਹ ਪੰਜਾਬ ਦਾ ਪਹਿਲਾ ਲੀਡਰ ਹੈ ਪਹਿਲਾ ਸਿਆਸਤਦਾਨ ਹੈ ਜੋ ਕਬੱਡੀ ਲਈ ਬੁੱਢ ਦੇ ਰਿਹਾ ਹੈ ਕਬੱਡੀ ਲਈ 1,00,000 ਰੁਪਇਆ ਦੇ ਰਿਹਾ ਹੈ ਇੱਕੋ ਮਿੰਟ ਰੁਕ ਜਾ ਵੀਰ ਆਮ ਲੀਡਰ ਆਉਂਦੇ ਆ MLA ਆਉਂਦੇ ਆ MP ਆਉਂਦੇ ਆ ਐਲਾਨ ਕਰਕੇ ਚਲੇ ਜਾਂਦੇ ਆ ਤੇ ਕੁਛ ਨਹੀਂ ਦਿੰਦੇ ਇਹ ਲਾਈਵ ਹੋ ਰਿਹਾ ਬਾਹਰ ਕੈਨੇਡਾ ਵੀ ਸੁਣ ਰਿਹਾ ਇੰਗਲੈਂਡ ਵੀ ਸੁਣ ਰਿਹਾ ਪੰਜਾਬ ਵੀ ਸੁਣ ਰਿਹਾ ਜਿਹੜਾ ਲੀਡਰ ਆਉਂਦਾ ਹੈ ਲਾਰਾ ਲਾ ਜਾਂਦਾ ਵੀ ਪਿੰਡ ਨੂੰ 5,00,000 ਹੈ 6,00,000 ਹੈ ਮੈਂ ਅਸਲੀ ਲੀਡਰ ਉਹਨੂੰ ਮੰਨਦਾ ਜਿਹੜਾ ਨਗਦ ਦਿੰਦਾ ਭਾਵਾਂ 5,500 ਦੇਵੇ ਤੇ ਭਾਵਾਂ 1,100 ਦੇਵੇ ਕਈਆਂ ਦੇ ਲਾਰੇ ਨਹੀਂ ਲੋਟਾਉਂਦੇ ਰੋਜੀ ਬਰਕੰਦੀ ਭਾਵੇਂ ਸਾਡੇ ਵਿੱਚ ਨਹੀਂ
पर फिर भी इस माइक तो उन्होंने का मैं सत्कार कर रहा है जिन्होंने 1,21,000 इस साल आते साल ये नगर का नहीं मेला जिन्हें भी इस एरिए मेले होंगे है उन्होंने वालों ज्यादा मोटरसाइकिल दिए जाते हैं या फिर क्लबों मान सम्मान दिता जाता है कबड्डी के ग्राउंड जगत सिंह वाले की टीम जी स्टेज वाली साइड हो गई है ते दूसरे बन्ने खेमूवाणा पिंड है मैं भी जसविंदर सिंह है भावे अज नौजवान इस नगर के तै कबड्डी नहीं खेडनी पर अखा मूरे 2011 का सीन घूम रहा है चौहान साहब मेरे नाल माइक के उपर बोलते ते मैनू कहिंदा बूटा सिंह आ मुंडा किन्नी क पाटों आया है मैं कहा 40 मुक्तियां दी धरती श्री मुक्तसर तो पुजे है गुरंग सोटी वालिया राजा झाड़ी वाले का इस गल का गवाह है लो कबड्डी के ग्राउंड की सेवा मैं चाकी वाला लो देखो नौजवान की पाई हुई कबड्डी है चार खिडारियों के दरम्यान कहिंदे नौजवान लो देखो मेरे वीरियो ये भी कहिंदे मुंडा जिले मोगे के एरिए का दोदे वाला योत जिथे भी है अपनी गड्डी दे कोले पुज जावे जिथे भी मेरा वीर है रत्ती रोड़ी ते नाल मेरी बेनती है बाजा खाने की टीम इस तो अगले मैच लई नाल ही मेरा वीर लखा कंद वाला इस एरिए का कबड्डी का बड़ा वधिया बुलारा है लो कबड्डी के ग्राउंड आपा तकीए 70-75 के मैच है क्योंकि 75 के मैचों के कई बार घट आईदा ओपन के मैचा जी कबड्डी के मां खेड कबड्डी की सेवा करी दी है सत्कार है मान है मैं भी मुंडे नौजवान मैं ना दस कि एरिए कि मां ने कहते कबड्डी का गगड़ा पिंड भागपुर पिंड है जितों के बिले होरी यूरोप के खेड मैदान है आ भी मुंडा कहते गगड़े का है देखो बिल्ला भी पुज आया है वकीलों वाले की टीम नौजवान जिन्हें कहते यूरोप के वक् वक् शहरों के हरीके गल वाले है बाजू चोले के नाल उधरले बने हैप्पी चोले बाजू बैंक इस साल सब तो वध जफे लागे इंडिया पुजे है वह भी अज इस खेड मैदान आया होया है इस नगर के पुजा आया है देखो मेरे वीरियो नौजवान जगत सिंह वाला पिंड है जग जहान ये नगर की चढ़त बजी हुई कैंची आ देखो मेरे वीरियो एन इको जे रंग इको जे शरीर ताकत बखरियो बखरिया आ कबड्डी के ग्राउंड लगा हुआ दो खिडारियों का जोर है कि आई उत्ते आया तो सुहागे उत्ते मान नहीं लंघ जावे हाथी फिर पूछ दिंदा जान नहीं लै भी खिंदी जिन्ने जफे लावेगा संदीप सिंह जी न्यूजीलैंड वाले वीर आख रहे हैं उन्हें जेडे माया के गफे दिते जाएंगे न्यूजीलैंड ऑकलैंड ना देखो खेड मैदान में तकड़ा संघर्ष मुंडा कहते गगड़े वाला एक बार जग सिंह वाले ताड़ी मार दो नौजवान के लिए और कबड्डी के ग्राउंड आ देखो औखी होंगी कबड्डी धांक लाउणी पट्टनी खुच मित्रो ये है खुचां दे फड़ाक बलजिंदर सिंह जी कलेर साहब उन्होंने वालों भी 100 रुपया इस जगत सिंह वाले की टीम लई है लै भी गगड़े वाले पा कबड्डी जे कबड्डी के दो 10 साल पिछले परके फोलीए तो कहते जसवंत सिंह फौजी होर ने धन्ने होर ने धन धन करवाई है अजकल 40 साल शो मैचों में 50 साल शो मैचों के आए कबड्डी का कहते नौजवान खेड मैदान में गगड़े वाला कहते इदो 3 साल पहला कबड्डी की होंद में आया है नकोदर वाले साइया की निशानी पाई।